ਜੀ ਅਸਲਾਮ ਵਾਲੇਕੁਮ ਜੀ ਐਂਡ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਅਸੀਂ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਅੱਜ ਪਹੁੰਚ ਗਏ ਹਾਂ, ਔਰ ਸਾਡੇ ਨਾਲ ਬੈਠੇ ਹੋਏ ਨੇ ਭਾਈ ਸੁਰਿੰਦਰ ਕੌਸ਼ਲ ਜੀ ਔਰ ਅਜੀਤ ਅਖਬਾਰ ਦੇ ਸਾਡੇ ਪੱਤਰਕਾਰ ਨੇ ਈਸਟ ਪੰਜਾਬ ਤੋਂ, ਸਾਡੀਆਂ ਸੋਹਣੀਆਂ ਸੋਹਣੀਆਂ ਖਬਰਾਂ ਲਾਉਣ ਵਾਲੇ ਵੀਰ ਜਿਹੜੇ ਨੇ ਉਹ ਪਹੁੰਚੇ ਹੋਏ ਨੇ, ਨਾਲ ਦੀ ਨਾਲ ਮੇਰੇ ਦੋਸਤ ਜਿਹੜੇ ਨੇ ਗੁਲਾਮ ਅਬਾਸ, ਗੁਲਾਮ ਦਸਤਗੀਰ ਪਹੁੰਚੇ ਹੋਏ ਨੇ ਸਾਡੇ ਨਾਲ। ਅਤੇ ਆਪਾਂ ਅੱਜ ਗੱਲ ਕਰਾਂਗੇ ਕਿਉਂਕਿ ਅਸੀਂ ਰਿਪੋਰਟਸ 'ਤੇ ਸਾਂਝੀ ਕਰਦੇ ਰਹੇ, ਇਹ ਪ੍ਰਿੰਟ ਕਰਕੇ ਮੈਂ ਵੀਡੀਓ ਕਰਕੇ, ਤਾਂ 9 ਈਅਰ ਦਾ ਸਫ਼ਰ ਤੁਸੀਂ ਦੇਖਿਆ ਮੇਰਾ, ਔਰ 9 ਸਾਲ ਲੱਗੇ ਸਾਨੂੰ, ਕਿੱਥੇ ਕਿੱਥੇ ਗਿਆ ਤੁਸੀਂ ਸਾਰਾ ਕੁਛ ਦੇਖਿਆ। ਮੈਂ ਕਹਾਂਗਾ ਦਿਲ ਤੋਂ ਤੁਹਾਡਾ ਸਾਰਿਆਂ ਦਾ ਸ਼ੁਕਰਾਨਾ ਹੈ। ਲਾਸਟ ਵੀਕ ਅਸੀਂ 550 ਪੱਗਾਂ ਜਿਹੜੀਆਂ ਸੀ ਉਹ ਲੈ ਕੇ ਆਏ ਸੀ, ਦਸਤਾਰਾਂ ਸਜਾਈਆਂ ਸੀਗੀਆਂ, ਔਰ 95% ਮੁਸਲਿਮ ਵੀਰ ਔਰ ਭੈਣਾਂ ਨੇ ਆਪਣੇ ਸਿਰ 'ਤੇ ਦਸਤਾਰਾਂ ਸਜਾਈਆਂ ਸੀ। ਅਤੇ ਸੋ ਅਸੀਂ ਜੀਆਂ ਨੂੰ ਆਖਦੇ ਹਾਂ ਭਾਈ ਸੁਰਿੰਦਰ ਕੌਸ਼ਲ ਜੀ ਨੂੰ, ਸੁਰਿੰਦਰ ਕੌਸ਼ਲ ਜੀ ਤੁਹਾਡਾ ਨਿੱਘਾ ਸਵਾਗਤ ਹੈ ਜੀ ਪਾਕਿਸਤਾਨ ਦੀ ਸੋਹਣੀ ਧਰਤੀ 'ਤੇ, ਔਰ ਬਾਬਾ ਗੁਰੂ ਨਾਨਕ ਸਾਹਿਬ ਦੀ ਉਸ ਧਰਤੀ ਦੇ ਉੱਤੇ, ਖਾਸ ਕਰਕੇ ਜਿੱਥੇ ਉਹਨਾਂ ਨੇ ਏਕਤਾ ਦਾ ਮੈਸੇਜ ਦਿੱਤਾ ਸੀ, ਜਿੱਥੇ ਪਿਆਰ ਮੁਹੱਬਤ ਦਾ ਉਹਨਾਂ ਨੇ ਮੈਸੇਜ ਦਿੱਤਾ ਸੀ, ਰਲ ਕੇ ਵੰਡ ਛਕਣ ਦੀ ਗੱਲ ਕੀਤੀ ਸੀ, ਜਿੱਥੇ ਕਿਰਤ ਕਰਨ ਦੀ ਉਹਨਾਂ ਨੇ ਗੱਲ ਕੀਤੀ ਸੀ, ਉਹ ਨਾਮ ਜਪਣ ਦੀ ਗੱਲ ਕੀਤੀ ਸੀ, ਇਹ 3 ਹੁਕਮ ਵੀ ਇੱਥੇ ਉਸਾਰੇ ਗਏ ਸਨ। ਅਤੇ ਕਿੱਦਾਂ ਦਾ ਫੀਲ ਹੋ ਰਿਹਾ ਰਿਪੋਰਟਸ ਤੋਂ ਹਟ ਕੇ? ਬੜੀ ਸਪਸ਼ਟ ਜਿਹੀ ਗੱਲ ਹੈ ਕਿ ਸਟਾਰਟਿੰਗ ਦੇ ਜਿਹੜੇ ਸਵੇਰ ਤੋਂ ਹੁਣ ਤੱਕ ਵੀ ਮੈਨੂੰ ਅਜੇ ਤੱਕ ਵੀ ਵਿਸ਼ਵਾਸ ਨਹੀਂ ਹੋ ਰਿਹਾ ਇਹਦਾ ਕਿ ਮੈਂ ਸੱਚ ਦੇ ਵਿੱਚ ਕਰਤਾਰਪੁਰ ਸਾਹਿਬ ਪਹੁੰਚ ਚੁੱਕਿਆ। ਜਿਸ ਤਰੀਕੇ ਨਾਲ ਬੜੀ ਆਸਾਨੀ ਦੇ ਨਾਲ, ਮੈਂ ਜੇ ਇੰਡੀਆ ਦੀ ਗੱਲ ਕਰਾਂ ਤਾਂ ਇੰਡੀਆ ਦੇ ਉੱਤੋਂ ਮੈਨੂੰ ਹਾਰਡਲੀ 15 ਮਿੰਟ ਲੱਗੇ ਦੌਰਾਨ ਲੱਗਿਆ, ਇੱਧਰੋਂ ਆਣ ਕੇ ਕੋਈ ਕਿਸੇ ਤਰੀਕੇ ਦੀ ਪ੍ਰੋਬਲਮ ਨਹੀਂ। ਪਰ ਮੈਂ ਜਿਸ ਤਰੀਕੇ ਨਾਲ ਅਸੀਂ ਮੀਡੀਆ 'ਚ ਸੁਣਦੇ ਰਹੇ ਸਾਂ ਕਿ ਬਹੁਤ ਸਾਰੀਆਂ ਪ੍ਰੋਬਲਮਸ ਉੱਧਰ ਨੇ, ਬਹੁਤ ਸਾਰੀਆਂ ਪ੍ਰੋਬਲਮਸ ਉੱਧਰ ਨੇ, ਪਰ ਵੇਖੇ ਕਿਤੇ ਵੀ ਨਹੀਂ ਹੈ। ਇਹ ਮੀਡੀਆ ਦਾ ਜਿਹੜਾ ਮਿਸ ਪ੍ਰੋਪੇਗੰਡਾ ਜਿਹੜਾ ਕੀਤਾ ਜਾ ਰਿਹਾ ਸੀ, ਅੱਜ ਉਹ ਤਾਂ ਕਲੀਅਰ ਹੋ ਗਿਆ। ਬਾਕੀ ਇੱਥੇ ਆਣ ਕੇ ਲੋਕਾਂ ਦੇ ਵਿੱਚ ਜਿਹੜਾ ਪਿਆਰ ਆ ਇੰਡੀਅਨ ਪ੍ਰਤੀ, ਇੰਡੀਅਨ ਦੇ ਵਿੱਚ ਜਿਹੜਾ ਇੱਥੋਂ ਦੇ ਨਾਗਰਿਕਾਂ ਪ੍ਰਤੀ ਪਿਆਰ ਆ, ਉਹਨੂੰ ਦੇਖ ਕੇ ਵਾਕਈ ਮੈਨੂੰ ਲੱਗਾ ਕਿ ਇਹ ਤੀਰਥ ਇਹ ਇਸੇ ਕਰਕੇ ਇੱਥੇ ਹੈਗਾ ਕਿ ਦੋਨਾਂ ਨੂੰ ਮਿਲਾਇਆ। ਦੇਖੋ ਪਾਕਿਸਤਾਨ 'ਚ ਬਹੁਤ ਸਾਰੇ ਪੁਆਇੰਟ ਨੇ, ਜਿਸ ਤਰ੍ਹਾਂ ਨਨਕਾਣਾ ਸਾਹਿਬ ਹੈਗਾ, ਉੱਥੇ ਹਰ ਸਾਲ ਜਿੱਥੇ ਜਾਂਦੇ ਨੇ, ਪੰਜਾਬ ਸਾਹਿਬ ਵੀ ਜਾਂਦੇ ਨੇ, ਪਰ ਇਸ ਤਰੀਕੇ ਨਾਲ ਕਦੀ ਨਹੀਂ ਹੋਇਆ ਕਿ ਅਸੀਂ ਖੁੱਲ੍ਹ ਕੇ ਇੱਕ ਦੂਜੇ ਨਾਲ ਬੈਠ ਸਕਦੇ, ਇੱਕ ਦੂਜੇ ਨਾਲ ਗੱਲਾਂ ਕਰ ਸਕਦੇ, ਸ਼ਿਕਵੇ ਸ਼ਿਕਾਇਤਾਂ ਆਪਣੀਆਂ ਜਿਹੜੀਆਂ ਸਾਂਝੀਆਂ ਕਰ ਸਕਦੇ। ਅਤੇ ਬਹੁਤ ਵੱਡਾ ਇੱਕ ਇਮਰਾਨ ਖਾਨ ਸਾਹਿਬ ਦੀ ਜਿਹੜੀ ਗੌਰਮੈਂਟ ਨੇ ਪਲੇਟਫਾਰਮ ਕੀਤਾ, ਕਾਇਮ ਕਰ ਦਿੱਤਾ। ਇਹ ਮੈਨੂੰ ਲੱਗਦਾ ਕਿ ਇੱਕ ਇਤਿਹਾਸ ਵਿੱਚ ਜਿਹੜਾ ਇਮਰਾਨ ਖਾਨ ਸਾਹਿਬ ਇੱਕ ਆਪਣਾ ਨਾਮ ਜੋ ਦਰਜ ਕਰਾ ਗਏ ਨੇ ਉਹ ਤਾਂ ਰਹੇਗਾ, ਜੋ ਖਾਸ ਕਰਕੇ ਪੰਜਾਬੀਆਂ ਦੇ ਦਿਲਾਂ ਵਿੱਚ ਉਹਨਾਂ ਦੀ ਜਿਹੜੀ ਛਾਪ ਬਣ ਗਈ ਹੈ ਉਹਦਾ ਕੋਈ ਦੇਣ ਨਹੀਂ ਹੈਗਾ ਕਿਸੇ ਦਾ। ਵੀਰ ਜੀ ਦੇਖੋ, ਜਿੱਦਾਂ ਕਿ ਆਪਾਂ ਕਾਫੀ ਦੇਰ ਤੋਂ ਚਰਚਾ ਕਰ ਰਹੇ ਹਾਂ, ਤਕਰੀਬਨ 10 ਮਹੀਨੇ ਤੋਂ ਅਸੀਂ ਮੁਸਲਸਲ ਰਿਪੋਰਟਸ, ਐਵਰੀ ਵੀਕ ਤੁਹਾਡੀ ਨਿਊ ਐਪੀਸੋਡ, ਮੇਰੀ ਵੀ ਨਿਊ ਐਪੀਸੋਡ ਆਉਂਦੀ ਸੀਗੀ। ਜਿੱਦਾਂ ਮੈਂ ਫਾਊਂਡੇਸ਼ਨ ਦੀਆਂ ਪਿਕਚਰਸ ਪਾਉਂਦਾ ਸੀ, ਤੁਹਾਡੇ ਵੱਲੋਂ ਪ੍ਰਿੰਟ ਹੋ ਕੇ ਉਧਰ ਆ ਜਾਂਦੀ ਸੀ। ਅਤੇ ਕੀ ਇੱਕ ਜਿਹੜਾ ਸੋਸ਼ਲ ਮੀਡੀਆ ਦੀ ਰਾਹੀਂ ਇਹ ਜਿਹੜਾ ਸਫ਼ਰ ਆ, ਅੱਜ ਆਪਾਂ ਇਕੱਠੇ ਬੈਠੇ ਹੋਏ ਹਾਂ, ਕਿਆ ਅਸੀਂ ਸੋਚ ਸਕਦੇ ਸੀਗੇ? ਬਿਲਕੁਲ ਸ਼ਾਹਿਦ ਜੀ, ਮੈਨੂੰ ਮੈਂ ਉਹੀ ਗੱਲ ਕਰ ਰਿਹਾ ਕਿ ਸੋਸ਼ਲ ਮੀਡੀਆ ਨੂੰ ਮੈਂ ਕਦੀ ਇੰਨਾ ਪਸੰਦ ਨਹੀਂ ਸੀ ਕਰਦਾ, ਪਰ ਅੱਜ ਮੈਨੂੰ ਪਤਾ ਲੱਗਾ ਜ਼ਿੰਦਗੀ ਦਾ ਕਿੱਡਾ ਜ਼ਰੂਰੀ ਪਾਰਟ ਹੈ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਤੋਂ ਮੇਰੇ ਨਾਲ ਤੁਹਾਡੇ ਨਾਲ ਲਿੰਕ ਬਣਿਆ, ਆਪਸ ਵਿੱਚ ਜਿਹੜੀਆਂ ਅਸੀਂ ਸਾਂਝ ਹੈ ਕਿ ਅਸੀਂ ਤੁਹਾਡੇ ਥਰੂ ਮੈਨੂੰ ਗੁਰਦੁਆਰਾ ਸਾਹਿਬ ਨੂੰ ਕੋਰੀਡੋਰ ਨੂੰ ਇਹਦੀ ਨੀਹਾਂ ਤੋਂ ਚੱਲਦਾ ਅਸੀਂ ਦੇਖਿਆ, ਨੀਹਾਂ ਤੋਂ ਬੰਦ ਬਣ ਜਾ ਜਿਸ ਮੁਕਾਮ 'ਤੇ ਪਹੁੰਚ ਚੁੱਕਾ। ਇੱਕ ਮੈਨੂੰ ਲੱਗਦਾ ਕਿ ਪੂਰੇ ਵਰਲਡ ਦੇ ਵਿੱਚ ਜਿਹੜੀ ਇੱਕ ਸ਼ਹਾਨਾ ਇਮਾਰਤ ਜਿਹੜੀ ਗੁਰਦੁਆਰਾ ਸਾਹਿਬ ਦੀ ਕੰਪਲੈਕਸ ਦੀ ਖੜੀ ਹੈ, ਇਹਦੀ ਕੋਈ ਦੇਣ ਨਹੀਂ। ਮੈਂ ਸੋਸ਼ਲ ਮੀਡੀਆ ਰਾਹੀਂ ਹੀ ਤੁਹਾਨੂੰ ਦੇਖਦਾ ਰਿਹਾ, ਤੁਹਾਡੇ ਵੱਲੋਂ ਉੱਧਰੋਂ ਜੋ ਫੋਟੋਗ੍ਰਾਫਸ ਭੇਜੀਆਂ ਜਾਂਦੀਆਂ ਰਹੀਆਂ ਜਾਂ ਦੂਸਰੇ ਦੋਸਤਾਂ ਨਾਲ ਵੀ, ਅੱਜ ਦੇਖੋ ਉਹਨੂੰ ਸਾਰੇ ਨੂੰ ਮੈਂ ਮਿਲਾ ਕੇ ਦੇਖਦਾ ਤਾਂ ਪੂਰਾ ਜੋ ਮੈਂ ਦੇਖਿਆ ਸੀ ਉਹ ਅੱਜ ਪੂਰਾ ਅਸੀਂ 100% ਉਹੀ ਜੋ ਦੇਖਦੇ ਰਹੇ ਵੀਡੀਓ ਦੇ ਵਿੱਚ, ਸਾਹਮਣੇ ਖੜੀ ਸਾਡੀ ਵੀਡੀਓ। ਅਤੇ ਵੀਰ ਜੀ ਮਤਲਬ ਕਿ ਕਮੀ ਤਾਂ ਕਿਸੇ ਪਾਸੇ ਨਹੀਂ ਹੈਗੀ, ਕਿਉਂਕਿ ਇਸ ਵਾਰੀ ਜਿਹੜਾ ਜੋਸ਼ ਹੈ ਜਜ਼ਬਾ ਹੈ ਉਹ ਦੋਵਾਂ ਪਾਸੋਂ ਬਰਾਬਰ ਦਾ ਹੈ। ਲੇਕਿਨ ਪਾਕਿਸਤਾਨ ਤੁਸੀਂ ਦੇਖੋ, ਤੁਹਾਨੂੰ ਦਸਤਾਰਾਂ ਵਾਲੇ ਸਰਦਾਰ ਘੱਟ ਦਿਸ ਰਹੇ ਹੈ, ਲੇਕਿਨ ਤੁਹਾਨੂੰ ਮੁਸਲਮਾਨ ਜਿਹੜੀ ਸਾਂਝੀ ਸਾਂਝ ਹੈ ਪੰਜਾਬੀਆਂ ਦੀ ਉਹ ਬਹੁਤ ਜ਼ਿਆਦਾ ਦਿਸ ਰਹੀ ਹੈ। ਲਾਸਟ ਵੀਕ 10,000 ਮੁਸਲਿਮ ਜਿਹੜੇ ਉਹਨਾਂ ਨੇ ਐਂਟਰੀ ਕੀਤੀ ਹੈ, ਔਰ ਬੇਤਾਬ ਸੀਗੇ ਐਂਡ ਤੱਕ ਅੰਦਰ ਆਉਣ ਲਈ ਕਿ ਸ਼ਾਇਦ ਸ਼ਾਮ ਹੋ ਗਈ ਸੀ, ਮੈਂ ਦੇਖ ਰਿਹਾ ਸੀ ਕਿ 250 ਲੋਕ ਜਿਹੜੇ ਹੈ ਉਹ ਵਾਪਸ ਚਲੇ ਗਏ ਦਰਸ਼ਨ ਕੀਤੇ ਬਗੈਰ, ਕਿ ਵੀ ਸੁਬਹਾ 9 ਵਜੇ ਤੋਂ ਐਂਟਰੀ ਸ਼ੁਰੂ ਹੁੰਦੀ ਹੈ ਔਰ 3 ਵਜੇ ਤੱਕ ਐਂਟਰੀ ਜਿਹੜੀ ਹੈ ਕੰਟੀਨਿਊ ਰਹਿੰਦੀ ਹੈ, ਔਰ ਉਸ ਤੋਂ ਬਾਅਦ ਫਿਰ ਐਗਜ਼ਿਟ ਹੋਣਾ ਸ਼ੁਰੂ ਹੋ ਜਾਂਦੇ ਆ ਲੋਕ। ਅਤੇ ਕੀ ਆਪਾਂ ਤੁਸੀਂ ਸਭ ਤੋਂ ਪਹਿਲੇ ਅੱਜ ਦੇ ਯਾਤਰੀ ਸੀਗੇ, ਤੁਸੀਂ ਉਦਘਾਟਨ ਤੁਸੀਂ ਕੀਤਾ ਆ ਕੇ, ਜਿੱਦਾਂ ਉਧਰੋਂ ਸਿੱਧੂ ਜੀ ਨੇ ਆ ਕੇ ਕੀਤਾ ਸੀ, ਅੱਜ ਤੁਸੀਂ ਉਦਘਾਟਨ ਕੀਤਾ, ਦਿਨ ਦੀ ਪਹਿਲੀ ਜਿਹੜੀ ਹੈ ਤੁਸੀਂ ਲਾਰੀ ਉਹਦੇ ਵਿੱਚ ਤੁਸੀਂ ਇੱਥੇ ਪਹੁੰਚੇ ਹੋ, ਅਤੇ ਜਦੋਂ ਤੁਹਾਡੀ ਤੁਸੀਂ ਉੱਥੋਂ ਗੇਟ ਤੋਂ ਦਾਖਲ ਹੋਏ ਹੋ ਇੱਥੇ ਤੱਕ ਆਏ ਹੋ,
ਉਸ ਵੇਲੇ ਤੁਹਾਡੀ ਕੀ ਫੀਲਿੰਗ ਆਈ ਹੈ? ਮੈਂ ਸ਼ਾਇਦ ਵੀਰ ਉਹੀ ਤੁਹਾਨੂੰ ਦੱਸ ਰਿਹਾ ਕਲੀਅਰ, ਮੈਂ ਉਸ ਸੀੜੀ ਉੱਤੇ ਉਧਰਲੀ ਸਾਈਡ 'ਤੇ ਮੈਂ ਬੈਠ ਗਿਆ ਆਣ ਕੇ, ਮੈਨੂੰ 15-20 ਮਿੰਟ ਆਪਣੇ ਆਪ ਨੂੰ ਸਮਝਾਉਣ ਲੱਗਿਆ ਕਿ ਨਹੀਂ ਮੈਂ ਜਾਗ ਚੁੱਕਿਆ ਸਵੇਰ ਦਾ, ਹੁਣ ਨੀਂਦ ਦੇ ਵਿੱਚ ਨਹੀਂ ਹੈਗਾ, ਸਾਕਸ਼ਾਤ ਦਰਸ਼ਨ ਹੋ ਰਹੇ ਸੀਗੇ ਕਿਉਂਕਿ ਉਸ ਵੇਲੇ ਇੰਨੀ ਰੌਣਕ ਨਹੀਂ ਸੀ ਇੱਥੇ, ਮੈਂ ਚੰਦ ਇੱਕ ਦੋ ਬੰਦੇ ਸੀ ਉੱਧਰ ਸਫਾਈ ਚੱਲ ਰਹੀ ਸੀ, ਪਰ ਇਹੋ ਜਿਹਾ ਨਜ਼ਾਰਾ ਮੈਂ ਬਹੁਤ ਮੇਲੇ ਦੇਖੇ, ਬਹੁਤ ਸਾਰੀ ਜਗ੍ਹਾ 'ਤੇ ਗਿਆ, ਪਾਕਿਸਤਾਨ ਦੇ ਵਿੱਚ ਵੀ ਗੁਰਦੁਆਰਿਆਂ 'ਚ ਬਹੁਤ ਜਾਣ ਦਾ ਮੌਕਾ ਮਿਲਿਆ, ਪਰ ਜੋ ਨਜ਼ਾਰਾ ਅੱਜ ਇੱਥੇ ਦੇਖਣ ਨੂੰ ਮਿਲਦਾ ਪਿਆ, ਜੋ ਮਤਲਬ ਅੱਖਾਂ ਨੂੰ ਠੰਡਕ ਇੱਥੇ ਪਹੁੰਚ ਰਹੀ, ਮੈਨੂੰ ਅੱਜ ਤੱਕ ਮਤਲਬ ਜਾਨ ਨਨਕਾਣਾ ਸਾਹਿਬ ਪਹੁੰਚਦੀ, ਤਾਂ ਉਹ ਤੋਂ ਮਤਲਬ ਇਹੋ ਜਿਹਾ ਨਜ਼ਾਰਾ, ਅਦਭੁਤ ਨਜ਼ਾਰਾ, ਇਹਦੀ ਸ਼ਬਦਾਂ ਰਾਹੀਂ ਮੈਨੂੰ ਲੱਗਦਾ ਕਿ ਜੇ ਮੈਂ ਲਿਖਾਂ ਵੀ ਤਾਂ ਕਿੱਥੋਂ ਸਟਾਰਟ ਕਰਾਂਗਾ, ਕਿੱਥੋਂ ਇਹਦਾ ਐਂਡ ਕਰਾਂਗਾ, ਉਹ ਵੀ ਅੱਜ ਥੋੜ੍ਹਾ ਭੰਬਲ ਭੁੱਸੇ ਦੇ ਵਿੱਚ ਹੈਗਾ। ਬਿਲਕੁਲ ਜੀ, ਗੱਲ ਇਹੀ ਹੈ ਜੀ, ਜਜ਼ਬਾਤ ਜਿਹੜੇ ਹੈ, ਇਮੋਸ਼ਨਸ ਜਿਹੜੇ ਨੇ ਸਾਡੇ, ਉਹ ਵੀਰਾਂ ਦੇ ਦੇਖਣ ਵਾਲੇ ਹੈ, ਚਾਹੇ ਇੱਧਰ ਦੇ ਲੋਕ ਨੇ ਚਾਹੇ ਉੱਧਰ ਦੇ ਲੋਕ ਨੇ, ਬਿਲਕੁਲ ਬਿਲਕੁਲ। ਦੇਖੋ ਕਿਤੇ ਵੀ ਕਿਸੇ ਵੀ ਸ਼ਖਸ ਨੂੰ ਲੱਭਣਾ ਪਏਗਾ ਤੁਹਾਨੂੰ, ਕਿਸੇ ਨਫ਼ਰਤ ਨਹੀਂ ਹੈਗੀ, ਹਰ ਕੋਈ ਦੂਜੇ ਨੂੰ ਮਿਲਣਾ ਚਾਹੁੰਦਾ ਪਿਆ, ਨਹੀਂ ਆਇਆ ਤਾਂ ਉਹ ਆਪਣੇ ਦੇਖਣਾ ਚਾਹੁੰਦਾ ਪਿਆ ਇਸ ਰਾਈਡ ਨੂੰ। ਮੈਨੂੰ ਲੱਗਦਾ ਕਿ ਇੱਕ ਸਾਂਝ ਦਾ ਜਿਹੜਾ ਅਸੀਂ ਗੱਲ ਕਰਦੇ ਰਹੇ ਇੰਨੇ ਚਿਰ ਤੋਂ, ਸਾਂਝ ਹੋਣੀ ਚਾਹੀਦੀ, ਉਹ ਸਾਂਝ ਇੱਥੇ ਆਣ ਕੇ ਹੋ ਗਈ ਕਲੀਅਰ, ਕਿਤੇ ਮੁਸਲਮਾਨ ਵੀ ਆ ਰਿਹਾ, ਹਿੰਦੂ ਵੀ ਆ ਰਿਹਾ, ਸਿੱਖ ਵੀ ਆ ਰਿਹਾ, ਹਰ ਧਰਮ ਦਾ ਨਾਗਰਿਕ ਇੱਥੇ ਆਉਣਾ ਚਾਹੁੰਦਾ ਪਿਆ, ਦਰਸ਼ਨ ਕਰਨਾ ਚਾਹੁੰਦਾ ਪਿਆ, ਇੱਕ ਦੂਜੇ ਨੂੰ ਮਿਲਣਾ ਚਾਹ ਰਿਹਾ। ਅਤੇ ਜੇ ਇਸੇ ਤਰੀਕੇ ਨਾਲ ਅਸੀਂ ਜਿਹੜਾ ਮੇਲ ਜੋਲ ਆ ਕੋਰੀਡੋਰ ਦੇ ਵਿੱਚ ਜੋ ਇਮਰਾਨ ਖਾਨ ਸਾਹਿਬ ਨੇ ਕੀਤਾ, ਇਸੇ ਤਰੀਕੇ ਦੇ ਇੱਕ ਦੋ ਲਾਂਘੇ ਹੋਰ ਖੁੱਲ੍ਹ ਗਏ, ਤਾਂ ਮੈਨੂੰ ਲੱਗਦਾ ਹੀ ਨਹੀਂ ਕਿ ਤਾਂ ਹਿੰਦੁਸਤਾਨ ਪਾਕਿਸਤਾਨ ਵਾਲੀ ਜਿਹੜੀ ਗੱਲ ਰਹੇ ਨੇ, ਕਿਹੜੀ ਦੂਰੀਆਂ ਰਹੇ ਨੇ, ਤਾਂ ਦੂਰੀਆਂ ਖਤਮ ਹੋ ਰਹੀਆਂ, ਬਹੁਤ ਵਧੀਆ ਖਤਮ ਹੋ ਰਹੀਆਂ। ਸਹੀ 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 ਜੀ। ਇਸ ਸਾਡੇ ਵੀ ਸੁਰਿੰਦਰ ਕੌਸ਼ਲ ਜੀ, ਅਜੀਤ ਅਖਬਾਰ ਨੂੰ ਲੈ ਕੇ, ਜਿਨ੍ਹਾਂ ਦੀ ਵਜ੍ਹਾ ਨਾਲ ਮੈਂ ਕਹਾਂਗਾ ਕਿ ਮੈਂ ਬਿਨਾਂ ਵੀਜ਼ੇ ਤੋਂ ਇਸ ਪੰਜਾਬ ਦੇ ਹਰ ਘਰ ਵਿੱਚ ਚਲਾ ਗਿਆ। ਨਹੀਂ, ਇਹ 'ਚ ਮੈਨੂੰ ਲੱਗਦਾ ਸ਼ਾਇਦ ਵੀਰ ਫਿਰ ਥੋੜ੍ਹਾ ਗਲਤ ਬੋਲ ਰਹੇ, ਇਹਨਾਂ ਦੀ ਵਜ੍ਹਾ ਕਰਕੇ ਜਿਹੜਾ ਇੰਡੀਆ ਜਾਂ ਪੂਰੇ ਵਰਲਡ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਅਸੀਂ ਨੀਹਾਂ ਤੋਂ ਚੱਲਦਾ ਦਿਖਾਇਆ, ਉਹ ਇਹਨਾਂ ਦੀ ਬਦੌਲਤ ਆ, ਅਤੇ ਇਹਨਾਂ ਦਾ ਵੱਡਾਪਣ ਆ ਕਿ ਜਿਹੜਾ ਇਹ ਮੇਰੇ 'ਤੇ ਲਾ ਰਹੇ ਹੁਣ, ਕਿ ਮੇਰੇ ਕਰਕੇ ਨਹੀਂ, ਸ਼ਾਇਦ ਇਹਨਾਂ ਕਰਕੇ ਸਾਰਾ ਜਿਹੜਾ ਮੈਂ ਇਹਨਾਂ ਨੂੰ ਦਿੰਦਾ ਕ੍ਰੈਡਿਟ ਇਹਦਾ, ਕਿ ਇਹਨਾਂ ਦੇ ਬਦੌਲਤ ਜਿਹੜਾ ਗੁਰਦੁਆਰਾ ਸਾਹਿਬ ਨੂੰ ਪਹਿਲਾਂ ਨੀਹਾਂ ਤੋਂ ਲੈ ਕੇ ਅੱਜ ਉੱਪਰ ਪੂਰਾ ਬੰਦ ਆ, ਜਿਹੜਾ ਅਸੀਂ ਜਿਹੜੇ ਸਾਡੇ ਪਾਠਕਾਂ ਨੂੰ ਦਿਖਾ ਸਕੇ, ਅਤੇ ਇਹਨਾਂ ਦਾ ਮੈਂ ਦਿਲੋਂ ਧੰਨਵਾਦੀ ਹਾਂ, ਬਹੁਤ ਜ਼ਿਆਦਾ ਧੰਨਵਾਦੀ। ਥੈਂਕ ਯੂ ਜੀ ਸੁਰਿੰਦਰ ਵੀਰ ਜੀ, ਆਪਾਂ ਫਿਰ ਮਿਲਦੇ ਰਹਾਂਗੇ, ਔਰ ਉਮੀਦ ਕਰਦੇ ਹਾਂ ਕਿ ਇੱਦਾਂ ਦੇ ਵੱਡੇ ਉਪਰਾਲੇ ਜਿਹੜੇ ਨੇ ਹੁੰਦੇ ਰਹਿਣਗੇ ਪਾਕਿਸਤਾਨ ਦੇ ਵਿੱਚ, ਔਰ ਤੁਸੀਂ ਪਾਕਿਸਤਾਨ ਦੇ ਵਿੱਚ ਗੁਰਧਾਮਾਂ ਦੇ ਵਿੱਚ ਆਪਣੇ ਮੱਥੇ ਟੇਕਣ ਵਾਸਤੇ ਆਉਂਦੇ ਰਹੋਗੇ। ਉਹੀ ਅਰਦਾਸ ਜਿਹੜੀ ਸੀ ਖਾਲਸਾ ਪੰਥ ਦੀ ਪਿਛਲੇ 70-71 ਸਾਲਾਂ ਤੋਂ, ਕਿ ਉਹਨਾਂ ਗੁਰੂਧਾਮਾਂ ਦੇ ਖੁੱਲ੍ਹੇ ਦਰਸ਼ਨ ਅਤੇ ਦੀਦਾਰ ਬਖਸ਼ੇ ਜਾਣ ਜਿਹੜੇ ਕਿ ਖਾਲਸਾ ਪੰਥ ਤੋਂ ਵਿਛੋੜੇ ਗਏ ਨੇ। ਸੋ ਸਭ ਤੋਂ ਵੱਡਾ ਅਸਥਾਨ ਜਿਹੜਾ ਸੀ ਬਾਬਾ ਗੁਰੂ ਨਾਨਕ ਸਾਹਿਬ ਦਾ, ਜੋਤੀ ਜੋਤ ਸਮਾਨ ਦਾ, ਦੁਨੀਆਂ ਤੋਂ ਜਾਣ ਦਾ, ਉਹ ਇਹੀ ਜਗ੍ਹਾ ਸੀ ਜਿਹਦੇ ਦਰਸੇ ਦਰਦਾਰੇ ਭਰਨ ਵਾਸਤੇ ਜਗਤ ਸੰਗਤ ਜਿਹੜੀ ਆ ਉਹ ਤਰਸਦੀ ਹੈ। ਅਗਰ ਚਾਹੇ ਕੋਈ ਨਾਰਵੇ 'ਚ ਰਹਿੰਦਾ ਵਾ ਤਾਂ ਚਾਹੇ ਕੋਈ ਨਿਊਜ਼ੀਲੈਂਡ ਵਿੱਚ, ਇਸ ਲਈ ਮੈਂ ਫਸਟ ਕੰਟਰੀ ਔਰ ਲਾਸਟ ਕੰਟਰੀ ਤੋਂ ਗੱਲ ਕੀਤੀ ਹੈ ਕਿ 12 ਕਰੋੜ ਨਾਨਕ ਨਾਮਲੇਵਾ ਜਿਹੜੇ ਨੇ ਪੂਰੀ ਦੁਨੀਆਂ ਦੇ ਵਿੱਚ ਬੈਠੇ ਹੋਏ ਨੇ। ਇਹ ਤਾਂ ਉਹ ਨੇ ਜਿਨ੍ਹਾਂ ਨੇ ਆਪਣੇ ਸਿਰ ਦੇ ਉੱਤੇ ਸਿੱਖੀ ਦਸਤਾਰ ਸਜਾਈ ਹੈ, ਜਾਂ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਦਸਮ ਪਿਤਾ ਦਾ ਤਾਜ ਸਜਾਇਆ ਹੈ। ਲੇਕਿਨ ਉਸ ਤੋਂ ਬਾਅਦ ਬਾਬਾ ਗੁਲਾਮ ਫਰੀਦ ਜੀ ਔਰ ਨਾਲ ਹੀ ਨਾਲ ਸਾਈਂ ਮੀਆਂ ਮੀਰ ਜੀ ਦੇ ਸ਼ਰਧਾਲੂ ਵੀ ਤਾਂ ਅੱਜ ਤੱਕ ਬਾਕੀ ਨੇ, ਭਾਈ ਮਰਦਾਨਾ ਜੀ ਵਾਲੇ ਵੀ ਤਾਂ ਬਾਕੀ ਨੇ, ਉਹ ਹਿੰਦ ਦੇ ਪੀਰ ਦੇ ਮਰੀਦ ਵੀ ਤਾਂ ਇੱਥੇ ਹੀ ਨੇ, ਅਤੇ ਉਹਨਾਂ ਦੀ ਤਾਦਾਦ ਵੀ ਜਿਹੜੀ ਹੈ ਉਹ ਵੀ ਕਰੋੜਾਂ ਦੇ ਵਿੱਚ ਹੈ। ਠੀਕ ਹੈ ਜੀ, ਅੱਜ ਹੀ ਤੁਸੀਂ ਦੇਖ ਲਓ, ਅਗਰ ਤੁਸੀਂ ਕੈਮਰੇ ਦੇ ਰਾਹੀਂ ਥੋੜ੍ਹੀ ਜਿਹੀ ਇੱਕ ਮਾ ਕੇ ਦਿਖਾਓ, ਤੁਹਾਨੂੰ ਪਤਾ ਲੱਗੇਗਾ ਕਿ 100 ਵਿੱਚੋਂ ਤੁਹਾਨੂੰ 5 ਸਰਦਾਰ ਦਿਸ ਰਹੇ ਹੈ, ਅਤੇ ਬਾਕੀ ਸਾਰੇ ਜਿਹੜੇ ਹੈ ਮੁਸਲਮਾਨ ਭਰਾ ਦਿਸ ਰਹੇ ਹੈ। ਅਤੇ ਇਸਦਾ ਇਹੀ ਮਤਲਬ ਹੈ ਕਿ ਜਿਹੜੀ ਸਾਂਝੀ ਵਾਲਤਾ ਸੀਗੀ, ਜਿਹਦੇ ਮਤਲਬ ਬਾਬਾ ਗੁਰੂ ਨਾਨਕ ਸਾਹਿਬ ਨੇ ਜਿਹੜੇ ਆਰਡਰਸ ਇੱਥੇ ਦਿੱਤੇ ਸਨ ਉਹ ਪੂਰੇ ਹੋ ਰਹੇ ਨੇ। ਤੁਸੀਂ ਦੇਖੋ ਕਿ ਜਗਤ ਸੰਗਤ ਇੱਥੇ ਜਿਹੜੀ ਢੁੱਕ ਰਹੀ ਹੈ, ਇਹਦੇ ਵਿੱਚ ਹਿੰਦੂ ਵੀਰ ਵੀ ਨੇ, ਇਹਦੇ ਵਿੱਚ ਸਿੱਖ ਵੀਰ ਵੀ ਨੇ, ਇਹਦੇ ਵਿੱਚ ਕ੍ਰਿਸਚਨ ਵੀਰ ਵੀ ਨੇ, ਇਹਦੇ ਵਿੱਚ ਮੁਸਲਮਾਨ ਵੀਰ ਵੀ ਨੇ, ਤਮਾਮ ਇੱਥੇ ਅੰਦਰ ਆ ਕੇ ਕਿਸੇ ਨੂੰ ਤੁਸੀਂ ਕਿਸੇ ਦਾ ਕੋਈ ਪਤਾ ਨਹੀਂ ਹੈਗਾ ਕਿ ਕੌਣ ਕੀ ਹੈ। ਯਾਨੀ ਕਿ ਏਕਤਾ ਦਾ ਜਿਹੜਾ ਮੈਸੇਜ ਸੀਗਾ, ਇੱਕ ਓਮਕਾਰ ਦਾ ਜਿਹੜਾ ਮੈਸੇਜ ਸੀ ਉਹ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। 9 ਸਾਲ ਪਹਿਲੇ ਜਦੋਂ ਮੈਂ ਫਸਟ ਟਾਈਮ ਇਸ ਜਗ੍ਹਾ ਦੀ ਵੀਡੀਓ ਕੀਤੀ ਸੀ, ਮੈਂ ਕਦੀ ਸੋਚ ਨਹੀਂ ਸੀ ਸਕਦਾ ਕਿ ਇਹ ਸਥਾਨ ਜਿਹੜਾ ਕੀ ਤੋਂ ਕੀ ਹੋ ਜਾਏਗਾ। ਇੱਥੇ ਮੇਰੇ ਬਚਪਨ ਦੀ ਗੱਲ ਹੈ, ਮੈਂ ਥੈਂਕਸ ਕਰਨਾ ਇਹਦੇ ਵਿੱਚ ਦੀ ਸਿਟੀਜ਼ਨ ਆਰਕਾਈਵ ਆਫ ਪਾਕਿਸਤਾਨ ਕਰਾਚੀ ਤੋਂ, ਇੱਕ ਇੰਟਰਨੈਸ਼ਨਲ ਪ੍ਰੋਜੈਕਟ ਸੀ ਉਹਨਾਂ ਦੇ ਵਿੱਚ, ਮੇਰਾ ਉਹਨਾਂ ਨੇ ਖਾਲਸਾ ਹਿਸਟਰੀ ਦੇ ਵਿੱਚ ਮੇਰਾ ਇੱਕ ਛੋਟਾ ਜਿਹਾ ਪੈਨਲ ਰੱਖਿਆ ਸੀ, 4 ਮਿੰਟ ਦੀ ਡਾਕੂਮੈਂਟਰੀ ਹੈ ਕਿ ਮੈਂ 4 ਸਾਲ ਦੀ ਉਮਰ 'ਚ ਆਪਣੀ ਮਾਂ ਦਾ ਹੱਥ ਫੜ ਕੇ ਜਾ ਰਿਹਾ, ਮੈਂ ਗੁਰਦੁਆਰੇ ਵੱਲ ਉਂਗਲੀ ਕਰਕੇ ਕਹਿੰਦਾ ਕਿ ਮਾਂ ਉਹ ਕੀ ਹੈ ਅੰਬਾਂ ਦੇ ਬੂਟਿਆਂ ਦੇ ਵਿੱਚ।
ਤਾਂ ਉਹ ਵੀਡੀਓ ਦੇ ਵਿੱਚ ਫਸਟ ਟਾਈਮ ਮੈਂ K2 TV 'ਤੇ ਵੀ ਪ੍ਰੋਗਰਾਮ ਕੀਤਾ ਦਿਸ ਐਂਡ ਦੈਟ, ਔਰ ਫਿਰ ਉਸ ਤੋਂ ਬਾਅਦ ਜ਼ੀਰੋ ਪੁਆਇੰਟ ਇਸਲਾਮਾਬਾਦ ਤੋਂ, ਫਿਰ ਦੀ ਸਿਟੀਜ਼ਨ ਆਰਕਾਈਵ ਦਾ ਨਾਮ ਲਿਆ, ਔਰ ਫਿਰ USIB ਦਾ ਪ੍ਰੋਜੈਕਟ, ਅਗਰ ਉਹ ਨਹੀਂ ਨਾਮ ਲਵਾਂਗਾ ਤਾਂ ਉਹ ਜ਼ਿਆਦਤੀ ਹੋ ਜਾਏਗੀ। ਉਹਦੇ ਵਿੱਚ ਵੀ ਅਸੀਂ ਖਾਲਸਾ ਰਾਜ ਨਾਲ ਸੰਬੰਧਿਤ ਚੀਜ਼ਾਂ ਜਿਹੜੀਆਂ ਸਨ ਜਾਂ ਗੁਰੂ ਘਰ ਸਨ ਉਹਨਾਂ ਦੇ ਨਾਲ ਅਸੀਂ ਤੁਹਾਨੂੰ ਰੋਸ਼ਨਾਸ ਕਰਾਇਆ ਸੀ, ਔਰ ਉਮੀਦ ਕਰਦੇ ਹਾਂ ਇਹ ਤਾਂ ਹਲੇ ਪਹਿਲੀ ਕੜੀ ਹੈ, ਅੱਗੇ ਅੱਗੇ ਤੁਸੀਂ ਦੇਖੋ ਹੋਰ ਕੀ ਹੁੰਦਾ। ਗੁਰਦੁਆਰਾ ਸ਼੍ਰੀ ਖਾਰਾ ਸਾਹਿਬ, ਗੁਰਦੁਆਰਾ ਸ਼੍ਰੀ ਚਵਾ ਸਾਹਿਬ ਖੁੱਲ੍ਹਣ ਤੋਂ ਬਾਅਦ ਹੋਰ ਗੁਰੂ ਘਰ ਜਿਹੜੇ ਨੇ ਪਹਿਲੀ ਪਾਤਸ਼ਾਹੀ ਦੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਬਾਰੇ ਵੀ ਗੱਲ ਕਰੀਏ, ਔਰ ਉਹਨਾਂ ਜਗ੍ਹਾ ਦੇ ਉੱਤੇ ਵੀ ਐਕਸੈਸ ਹੋਵੇ। ਟਿੱਲਾ ਜੋਗੀਆਂ, ਟਿੱਲਾ ਬਾਲ ਗੁੰਦਾਈ, ਟਿੱਲਾ ਬਾਬਾ ਗੁਰੂ ਨਾਨਕ ਸਾਹਿਬ ਜਿੱਥੇ ਸਿੱਧ ਗੋਸ਼ਟੀ ਹੋਈ ਹੈ, ਉਹ ਸਾਰੀਆਂ ਜਗ੍ਹਾ ਵੀ ਜਿਹੜੀਆਂ ਨੇ ਇਸੇ ਤਰ੍ਹਾਂ ਆਬਾਦ ਹੋਣ, ਸੰਗਤਾਂ ਉੱਥੇ ਤੱਕ ਜਾਣ, ਅਸੀਂ ਵੀ ਉੱਥੇ ਜਾਈਏ ਕਿ ਜਿੱਥੇ ਸਾਡੇ ਪੀਰ ਬਜ਼ੁਰਗ ਗੁਰੂ ਸਾਹਿਬਾਨ ਜਿੱਥੇ ਗਏ, ਆਪਾਂ ਉਸ ਜਗ੍ਹਾ ਦੇ ਉੱਤੇ ਜਾਵਾਂਗੇ। ਔਰ ਨਾਲ ਦੀ ਨਾਲ ਸਾਡੇ ਨਾਲ ਹਸਤੀਆਂ ਹੋਰ ਵੀ ਪਹੁੰਚ ਚੁੱਕੀਆਂ ਨੇ, ਆਪਣੇ ਵੀਰ ਬਾਬਰ ਜਲੰਧਰੀ ਜੀ ਵੀ ਪਹੁੰਚ ਚੁੱਕੇ ਨੇ ਸਿੱਖ ਮੁਸਲਿਮ ਫਰੈਂਡਸ਼ਿਪ ਮਿਸ਼ਨ ਤੋਂ। ਥੋੜ੍ਹੀ ਜਿਹੀ ਇੱਕ ਛੋਟੀ ਜਿਹੀ ਬ੍ਰੇਕ ਹੈ, ਔਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਅੱਗੇ।